ਬਟਾਲਾ ਪੁਲਿਸ ਵੱਲੋਂ ਕੀਤੀ ਗਈ ਵਿਸ਼ੇਸ਼ ਨਾਕੇਬੰਦੀ ਦੌਰਾਨ 5 ਗੈਂਗਸਟਰਾਂ ਨੂੰ 8 ਪਿਸਤੌਲਾਂ, 2 ਰਾਈਫਲਾਂ, 185 ਜਿੰਦਾ ਰੌਂਦ, 260 ਗ੍ਰਾਮ ਹੈਰਨ, 2 ਕੰਪਿਊਟਰ ਕੰਡੇ ਅਤੇ 2 ਕਾਰ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ IG ਬਾਰਡਰ ਰੇਂਜ ਅੰਮ੍ਰਿਤਸਰ ਸੁਰਿੰਦਰਪਾਲ ਪਰਮਾਰ ਦਾ ਕਹਿਣਾ ਹੈ ਕਿ SSP ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਦੇ ਦਿਸ਼ਾ ਨਿਰਦੇਸ਼ਾਂ 'ਤੇ ਬਟਾਲਾ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਕੀਤੀ ਗਈ ਵਿਸ਼ੇਸ਼ ਨਾਕੇਬੰਦੀ ਦੌਰਾਨ 5 ਗੈਂਗਸਟਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ ਇਹ ਸਮਾਨ ਬਰਾਮਦ ਕੀਤਾ ਹੈ। ਇਹਦੇ ਵਿੱਚ 10 ਡਾਪਰ ਫੜੇ ਗਏ ਨੇ, 6 32 ਬੋਰ ਦੇ ਰਿਵਾਲਵਰ ਨੇ, 1 30 ਬੋਰ ਦਾ ਪਿਸਟਲ ਅਤੇ 1 315 ਬੋਰ ਦਾ ਪਿਸਟਲ ਅਲੌਂਗ ਵਿਦ 2 ਰਾਈਫਲਸ ਆਲਸੋ। ਇਹਦੇ 'ਚ 5 ਬੰਦੇ ਫੜੇ ਨੇ, ਜਿਹੜਾ ਮੇਨ ਆਦਮੀ ਆ ਉਹ ਅੱਜੂ ਮਸੀਹ ਹੈ, ਹੀ ਬਿਲੋਂਗਸ ਟੂ ਰਈਆ ਏਰੀਆ। ਦੂਸਰਾ ਇੱਕ ਨਵਜੋਤ ਜੋਤਾ ਹੈ, ਉਹ ਵੀ ਅੰਮ੍ਰਿਤਸਰ ਰੂਰਲ ਨੂੰ ਬਿਲੋਂਗ ਕਰਦਾ। 3 ਬੰਦੇ ਹੋਰ ਫੜੇ ਨੇ। ਇਹਦੇ ਨਾਲ ਕਾਫੀ ਵਾਰਦਾਤਾਂ ਸਾਡੀਆਂ ਸੋਲਵ ਹੋ ਗਈਆਂ ਬਾਰਡਰ ਰੇਂਜ ਦੀਆਂ। ਔਰ ਇੱਕ ਕਾਰ ਜਿਹੜੀ ਇਹਨਾਂ ਨੇ I-20 ਖੋਈ ਸੀ ਥੋੜ੍ਹੇ ਦਿਨ ਪਹਿਲਾਂ ਹੀ, ਉਹ ਬਟਾਲੇ ਤੋਂ ਹੀ ਖੋਈ ਸੀ, ਬਟਾਲਾ ਪੁਲਿਸ ਨੇ ਇਹਨੂੰ ਰਿਕਵਰ ਕਰ ਲਿਆ। ਦਿਸ ਇਜ਼ ਏ ਗੁੱਡ ਰਿਕਵਰੀ ਔਨ ਦ ਪਾਰਟ ਆਫ ਦਾ ਬਟਾਲਾ ਪੁਲਿਸ, ਐਂਡ ਆਈ ਐਪਰੀਸ਼ੀਏਟ ਦਾ ਵਰਕ ਡਨ ਬਾਈ ਦਾ ਆਫਿਸਰ SSP ਸਾਹਿਬ, ਉਹਨਾਂ ਦੇ DSP ਸਾਹਿਬ ਨੇ, ਮਿਸਟਰ ਸਿੰਗਲਾ, ਮਾਧਵੀ ਸ਼ਰਮਾ। ਇਹਦੇ ਪੁਰਾਣਾ ਜਿਹੜਾ ਐਟ ਦ ਟਾਈਮ ਔਫ ਰਿਕਰੂਟਮੈਂਟ ਐਂਡ ਆਲ ਦੈਟ ਅਰਲੀਅਰ ਹੀ ਵਾਜ਼ ਇਨ ਟੱਚ ਵਿਦ ਜੱਗੂ ਭਗਵਾਨਪੁਰੀਆ, ਤੋ ਦੇ ਹੈਡ ਸੈਪਰੇਟਡ ਲੇਟਰ ਔਨ। ਤੋ ਦਿਸ ਮੈਨ ਵਾਜ਼ ਲੀਡਿੰਗ ਦਿਸ ਮੋਡਿਊਲ, ਦਿਸ ਇਜ਼ ਅ ਸੈਪਰੇਟ ਮੋਡਿਊਲ ਬੀਇੰਗ ਆਪਰੇਟਡ ਬਾਈ ਹਿਮ ਓਨਲੀ।